ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ABP ਸਾਂਝਾ। ਇਸ ਵਕਤ ਅਸੀਂ ਜਲੰਧਰ ਦੇ ਨਾਖਾਵਾਲੀ ਰੋਡ ਤੇ ਮੌਜੂਦ ਹੈ, ਜਿੱਥੇ ਕਿ ਤੁਹਾਨੂੰ ਦੱਸਦੇ ਕਿ ਅੱਜ ਸਵੇਰੇ 9:30 ਦੇ ਕਰੀਬ ਜਿਹੜਾ ਕੀ ਹੈ ਜਲੰਧਰ ਪੁਲਿਸ ਕਮਿਸ਼ਨਰ ਦੀ ਟੀਮ ਅਤੇ ਲੋਰੈਂਸ ਬਿਸ਼ਨੋਈ ਗੈਂਗ ਦੇ ਦੋ ਗੁਰਗਿਆਂ ਵਿੱਚ ਜਿਹੜੇ ਕਿ ਗੋਲੀਬਾਰੀ ਹੋਈ ਹੈ। ਤੁਹਾਨੂੰ ਦੱਸਦੇ ਕਿ ਐਨਕਾਊਂਟਰ ਵਿੱਚ ਦੋਨੋਂ ਜਿਹੜੇ ਗੁਰਗੇ ਸੀ ਉਹ ਘਾਇਲ ਹੋ ਗਏ ਹੈ, ਜਿਨ੍ਹਾਂ ਦਾ ਇਲਾਜ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਚੱਲਦਾ ਪਿਆ। ਇਸ ਤੋਂ ਇਲਾਵਾ ਇੱਕ ਗੋਲੀ ਪੁਲਿਸ ਮੁਲਾਜ਼ਮ ਦੇ ਟਰਬਨ ਤੇ ਵੀ ਲੱਗੀ ਸੀਗੀ ਤੇ ਟਰਬਨ ਤੇ ਗੋਲੀ ਲੱਗਣ ਕਾਰਨ ਪੁਲਿਸ ਮੁਲਾਜ਼ਮ ਜਿਹੜਾ ਕਿ ਬਿਲਕੁਲ ਠੀਕ ਦੱਸਿਆ ਜਾ ਰਿਹਾ। ਤੁਹਾਨੂੰ ਦੱਸਦੇ ਕਿ ਇਹ ਲੋਕ ਜਿਹੜਾ ਕਿ ਇੱਥੇ ਦੋ ਬੰਦਿਆਂ ਦੀ ਰੇਕੀ ਕਰਦੇ ਪਏ ਸੀਗੇ, ਤਾਂ ਇਹ ਇਹਨਾਂ ਦਾ ਕੰਟੈਕਟ ਜਿਹੜਾ ਸੀਗਾ USA ਵਿੱਚ ਬੈਠੇ ਲੱਕੀ ਅਤੇ ਲੋਰੈਂਸ ਬਿਸ਼ਨੋਈ ਇਹਨਾਂ ਸਿੱਧਾ ਸੀਗਾ, ਤੇ ਇਹ ਲੋਕ ਜਿਹੜਾ ਕਿ ਰੇਕੀ ਕਰ ਰਹੇ ਸੀਗੇ। ਤੇ ਅੱਜ ਜਲੰਧਰ ਪੁਲਿਸ ਕਮਿਸ਼ਨਰ ਦੀ ਟੀਮ ਜਿਹੜਾ ਕਿ ਇੰਟੈਲੀਜੈਂਸ ਦੀ ਮਦਦ ਨਾਲ ਅੱਜ ਇੱਥੇ ਪਹੁੰਚੀ ਸੀਗੀ, ਤੇ ਉਸ ਤੋਂ ਬਾਅਦ ਜਿਹੜੀ ਕਿ ਕਰੀਬ 15 ਤੋਂ 16 ਜਿਹੜੀ ਕਿ ਹੈ ਰਾਊਂਡ ਫਾਇਰ ਹੋਇਆ, ਕਿਉਂਕਿ ਜਦੋਂ ਇੱਥੇ ਪਹੁੰਚਿਆ ਤੇ ਗੁਰਗਿਆਂ ਵੱਲੋਂ ਜਿਹੜੇ ਕਿ ਪੁਲਿਸ ਦੇ ਉੱਤੇ ਫਾਇਰ ਕਰ ਦਿੱਤੇ ਗਏ ਸੀਗੇ, ਤੇ ਉਸ ਤੋਂ ਬਾਅਦ ਆਪਣੇ ਬਚਾਵ ਵਿੱਚ ਜਿਹੜੇ ਕਿ ਜਲੰਧਰ ਪੁਲਿਸ ਵੱਲੋਂ ਵੀ ਜਿਹੜਾ ਕਿ ਹੈ ਫਾਇਰ ਕੀਤੇ ਗਏ। ਤੇ ਤੁਹਾਨੂੰ ਦੱਸਦੇ ਕਿ ਇਹ ਜਿਹੜਾ ਪੂਰਾ ਇਲਾਕਾ ਹੈਗਾ ਇਹ ਰਿਹਾਇਸ਼ੀ ਇਲਾਕਾ ਹੈਗਾ, ਤੇ ਪਹਿਲਾਂ ਹੀ ਪੁਲਿਸ ਨੇ ਜਿਹੜਾ ਇਲਾਕਾ ਨਿਵਾਸੀਆਂ ਨੂੰ ਕਹਿਤਾ ਸੀ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ ਹੈਗਾ, ਕਿਉਂਕਿ ਗੋਲੀ ਜਿਸ ਤਰ੍ਹਾਂ ਚੱਲ ਰਹੀ ਹੈ ਕਿਸੇ ਨੂੰ ਕੁਝ ਹੋ ਸਕਦਾ, ਇਸ ਲਈ ਪਹਿਲਾਂ ਆਸ-ਪਾਸ ਦੇ ਇਲਾਕਾ ਨਿਵਾਸੀਆਂ ਨੂੰ ਪਹਿਲੇ ਸੁਚੇਤ ਕਰ ਦਿੱਤਾ ਗਿਆ ਸੀ। ਤੁਹਾਨੂੰ ਦੱਸਦੇ ਕਿ ਜਿਹੜੇ ਪਕੜੇ ਗਏ ਜਿਹੜੇ ਕਾਇਲ ਹੋਏ ਉਹਨਾਂ ਦਾ ਨਾਮ ਹੈ ਜਲੰਧਰ ਦਾ ਰਹਿਣ ਵਾਲਾ ਇੱਕ ਨਿਤਿਨ ਹੈ, ਉਸ ਤੋਂ ਇਲਾਵਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਆਸ਼ੀਸ਼ ਹੈ ਜੋ ਕਿ ਕਾਇਲ ਹੋਇਆ। ਤੁਹਾਨੂੰ ਦੱਸਦੇ ਕਿ ਇਹ ਲੋਕ ਰੇਕੀ ਕਰ ਰਹੇ ਸੀਗੇ ਤੇ ਵੱਡੀ ਜਿਹੜੀ ਕੀ ਹੈ ਵਾਰਦਾਤ ਦੇ ਫਰਾਕ ਵਿੱਚ ਸੀਗੇ। ਫਿਲਹਾਲ ਪੁਲਿਸ ਨੂੰ ਇਹਨਾਂ ਕੋਲੋਂ ਦੋ ਬੰਦੂਕ ਤੇ ਇਸ ਤੋਂ ਇਲਾਵਾ ਜਿਹੜੀ ਗੱਡੀ ਬਰਾਮਦ ਕੀਤੀ ਹੈ, ਗੱਡੀ ਚੋਰੀ ਦੀ ਹੈ ਜਾਂ ਨਹੀਂ ਹੈ ਇਹਨੂੰ ਹਜੇ ਵੈਰੀਫਾਈ ਕੀਤਾ ਜਾ ਰਿਹਾ। ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਘਵ ਜੈਨ, ABP ਸਾਂਝਾ, ਜਲੰਧਰ।